PDC Music Rising Star Awards 2024. What a memorable evening this was. ਤੇ ਹੁਣ ਇਸ ਈਵਨਿੰਗ ਦੇ ਵਿੱਚ ਇੱਕ ਬੜੀ ਸਪੈਸ਼ਲ ਜੀ ਕੈਟੇਗਰੀ ਦੇ ਨਾਲ ਸ਼ੁਰੂਆਤ ਕਰਦੇ ਹਾਂ ਜਿਸ ਦਾ ਨਾਮ ਹੈ ਰੋਮਾਂਟਿਕ ਰਾਈਜ਼ਿੰਗ ਸਟਾਰ ਸੌਂਗ ਪੰਜਾਬੀ। ਤੇ ਇਹ ਅਵਾਰਡ ਮਿਲਿਆ ਇੱਕ ਬੜੀ ਕਿਊਟ ਜੀ ਜੋੜੀ ਨੂੰ ਜਿਨ੍ਹਾਂ ਦਾ ਨਾਮ ਹੈ ਡੈਵੀ ਤੇ ਸਿਮਰ ਕੌਰ। ਪਾਪੂਲਰ ਹਰਿਆਣਵੀ ਰਾਈਜ਼ਿੰਗ ਸੌਂਗ ਦਾ ਅਵਾਰਡ। ਮੇਰਾ ਬਾਲਮ ਥਾਣੇਦਾਰ ਚਲਾਵੇ ਜਿਪਸੀ ਪਾਪੂਲਰ ਹਰਿਆਣਵੀ ਰਾਈਜ਼ਿੰਗ ਸੌਂਗ ਦਾ ਇਹਨਾਂ ਨੂੰ ਅਵਾਰਡ ਮਿਲਿਆ ਜੀ। ਜਸਟ ਇਹ ਅਵਾਰਡ ਵੀ ਇਹਨਾਂ ਦਾ ਬਣਦਾ ਸੀ ਤੇ ਮਿਲੀਅਨ ਵਿਊਜ਼ ਵੀ ਇਹਨਾਂ ਦੇ ਬਣਦੇ ਨੇ ਜੀ। ਮੇਰੇ ਨਾਲ ਨੇ ਜੀਡੀ ਕੌਰ, ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਜੀ। ਕਿਵੇਂ ਦਾ ਫੀਲ ਕਰ ਰਹੇ ਹੋ? ਵਧੀਆ, ਬਹੁਤ ਜ਼ਿਆਦਾ ਖੁਸ਼ੀ ਹੋਈ ਕਿ ਮਿਲੀਅਨ ਗਾਣਾ ਗਿਆ ਤੇ ਆਡੀਅੰਸ ਦਾ ਇੰਨਾ ਪਿਆਰ ਮਿਲਿਆ ਤੇ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਜੀ ਜਦੋਂ ਅਵਾਰਡ ਮਿਲਦਾ ਅੱਛੇ ਲੈਵਲ ਤੇ। ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਇਹ ਸੋਚ ਤੋਂ ਉੱਪਰ ਵਾਲੀ ਗੱਲ ਹੋ ਗਈ ਹੈ ਜੀ ਤੁਹਾਡੇ ਲਈ? ਬਹੁਤ ਜ਼ਿਆਦਾ ਸੋਚ ਤੋਂ ਉੱਤੇ ਜੀ। ਕੀ ਬਾਤ ਹੈ ਜੀ। ਅੱਛਾ, ਇਹ ਜਦੋਂ ਗਾਣਾ ਬਣ ਰਿਹਾ ਸੀਗਾ ਹਨਾ, ਇਹ ਇਹਦਾ ਫਸਟ ਥਾਟ ਗਾਣੇ ਦਾ ਕਿਹਨਾਂ ਦਾ ਸੀਗਾ? ਰੋਹਤਾਸ਼ ਵੀਰੇ ਦਾ ਸੀਗਾ ਜਿਨ੍ਹਾਂ ਨੇ ਗਾਣਾ ਲਿਖਿਆ, ਜਾਂ ਫਿਰ ਇਹ ਤੁਹਾਡਾ ਸੀਗਾ ਥਾਟ ਫਸਟ ਥਾਟ? ਜੀ, ਇਹ ਥਾਟ ਸੀ ਰਾਜ ਮਾਵਰ ਜੀ ਦਾ ਜੀ। ਜੀ, ਤੇ ਜਿਹੜੀ ਉਹਨਾਂ ਨੇ ਥੀਮ ਦਿੱਤੀ ਸੀ ਉਹਨਾਂ ਨੂੰ, ਰੋਹਤਾਸ ਜੀ ਨੂੰ, ਕਿ ਤੁਸੀਂ ਗਾਣਾ ਕਰਿਓ ਜੀ, ਇਹਨਾਂ ਨੂੰ ਪੂਰਾ ਕਰਨਾ ਹੈ ਇਹ ਗਾਣਾ ਅੱਜ ਦੇ ਟਾਈਮ, ਮਤਲਬ ਡਬ ਹੋ ਜਾਣਾ ਚਾਹੀਦਾ ਅੱਜ ਹੀ। ਅੱਛਾ, ਮਤਲਬ ਇੱਕ ਦਿਨ ਦੀ ਗੱਲ ਹੈ? ਹਾਂਜੀ, ਤੇ ਉਹ ਫਿਰ ਦੋ ਤਿੰਨ ਦਿਨ ਲੱਗ ਗਏ ਵੀ ਗਾਣਾ ਕਰਦੇ ਕਰਦੇ, ਕਰਾਂਗੇ ਅੱਜ, ਕਰਾਂਗੇ ਕੱਲ, ਕਰਾਂਗੇ, ਐਦਾਂ ਕਰਕੇ ਦੋ ਤਿੰਨ ਸਾਲ ਪਿਆ ਰਿਹਾ ਗਾਣਾ। ਓਕੇ, ਫਿਰ ਉਸ ਤੋਂ ਬਾਅਦ ਅਸੀਂ ਦੋ ਸਾਲ ਬਾਅਦ ਕੀਤਾ ਗਾਣਾ। ਅੱਛਾ, ਕਈ ਵਾਰੀ ਵਧੀਆ ਘੈਂਟ ਚੀਜ਼ ਨੂੰ ਬਣਨ ਨੂੰ ਵੀ ਟਾਈਮ ਲੱਗਦਾ ਕਹਿੰਦੇ ਨਾ। ਜੀ ਜੀ, ਕੀ ਬਾਤ ਹੈ। ਤੇ ਇਹਦੇ ਕਿੰਨੇ ਕੁ ਡਰਾਫਟ ਬਣੇ ਸੀਗੇ ਗਾਣੇ? ਇਹਦੇ ਕਾਫੀ ਬਣ ਗਏ ਸੀ ਭਾਜੀ, ਬਹੁਤ ਜ਼ਿਆਦਾ ਇਹਨਾਂ ਨੂੰ ਰਿਕਾਰਡ ਵੀ ਬਹੁਤ ਜ਼ਿਆਦਾ ਕਰਤਾ ਸੀ ਤੇ ਕਦੀ ਕਿਸ ਲੈਵਲ ਤੇ, ਕਦੀ ਕਿਸ ਲੈਵਲ ਤੇ, ਕਦੇ ਕਿੱਥੇ ਕਦੇ ਕਿਤੇ, ਪਰ ਜਦੋਂ ਲਾਸਟ 'ਚ ਅਸੀਂ ਰਿਕਾਰਡ ਕੀਤਾ ਤੇ ਸ਼ਾਇਨ ਸਰ ਕੋਲ ਕੀਤਾ। ਅੱਛਾ ਜੀ ਜੀ, ਜਿਹੜਾ ਉਹਨਾਂ ਦਾ ਸਟੂਡੀਓ ਸੈਸ਼ਨ ਸੀਗਾ ਉਹ ਕਿੱਦਾਂ ਦੇ ਰਹੇ ਸੀਗੇ? ਉਹ ਫਿਰ ਉਹ ਵਧੀਆ ਰਹੇ ਸੀ, ਬਸ ਇੱਕ ਤੋਂ ਦੂਜੇ ਪਾਰਟ ਤੱਕ, ਮਤਲਬ ਉਹਦੇ 'ਚ ਅਲੱਗ ਅਲੱਗ ਚੀਜ਼ ਕਰਵਾਉਣੀ ਸੀ ਅਸੀਂ। ਜੀ, ਲਾਈਵ ਕੀਤਾ ਸੀ ਸਰ ਨੇ, ਬਹੁਤ ਜ਼ਿਆਦਾ ਅੱਛਾ। ਅੱਛਾ ਜੀ, ਤੇ ਜਦੋਂ ਸਰ ਨੇ ਕੀਤਾ ਤੇ ਬਹੁਤ ਅੱਛਾ ਮਿਊਜ਼ਿਕ ਦਿੱਤਾ, ਲਾਈਵ ਚੀਜ਼ਾਂ ਤੇ ਅਕੋਸਟਿਕ ਚੀਜ਼ਾਂ ਉਹਨਾਂ ਨੇ ਅਵੇਲੇਬਲ ਕਰਵਾਈ ਉਹਦੇ ਵਿੱਚ। ਕੀ ਬਾਤ ਹੈ ਜੀ, ਬਿਲਕੁਲ ਅੱਜ ਕੱਲ੍ਹ ਕੀ ਕਹਿੰਦੇ ਮਿਊਜ਼ਿਕ ਜਿੰਨਾ ਵੀ ਅਰੇਂਜ ਹੁੰਦਾ ਆ ਉਹਨਾਂ ਦੇ ਵਿੱਚ ਲਾਈਵ ਮਿਊਜ਼ਿਕ ਬਹੁਤ ਘੱਟ ਕੀ ਕਹਿੰਦੇ ਕਰਵਾਉਂਦੇ ਨੇ ਮਿਊਜ਼ਿਕ ਡਾਇਰੈਕਟਰ ਹਨਾ, ਤੇ ਉਹ ਚੀਜ਼ ਫਿਰ ਦੇਖੋ ਜੀ ਵਧੀਆ ਨਿਕਲ ਕੇ ਵੀ ਆਈ ਹੈ। ਬਹੁਤ ਵਧੀਆ ਜੀ, ਬਹੁਤ ਅਲੱਗ ਚੀਜ਼ ਬਣ ਗਈ ਸੀ ਹਰਿਆਣਾ ਦੇ ਵਾਸਤੇ। ਸਭ ਤੋਂ ਜ਼ਿਆਦਾ ਕੌਣ ਖੁਸ਼ ਹੈਗਾ ਜੀ ਤੁਹਾਡੀ ਇੰਨੀ ਅਚੀਵਮੈਂਟਸ ਤੋਂ? ਸਭ ਤੋਂ ਜ਼ਿਆਦਾ ਤਾਂ ਸ਼ਾਇਦ ਮੈਂ ਹੀ ਹੋਣੀ। ਅੱਛਾ, ਬਸ ਮੇਰੇ ਮਾਪੇ ਸਭ ਤੋਂ ਜ਼ਿਆਦਾ ਖੁਸ਼ ਨੇ ਤੇ ਜਿਹੜੇ ਮੈਨੂੰ ਪਿਆਰ ਕਰਨ ਵਾਲੀ ਆਡੀਅੰਸ ਆ ਉਹ ਬਹੁਤ ਜ਼ਿਆਦਾ ਖੁਸ਼ ਆ, ਜਿਹੜੀ ਮੈਨੂੰ ਇੰਨਾ ਪਿਆਰ ਕਰਦੀ ਹੈ ਮੈਂ ਉਹਨਾਂ ਤੋਂ ਵੀ ਜ਼ਿਆਦਾ ਖੁਸ਼ ਆ। ਕੀ ਬਾਤ ਹੈ। ਅੱਛਾ, ਇੱਥੇ ਆਉਣ ਤੱਕ ਲਈ ਘਰਦਿਆਂ ਦੀ ਕਿੰਨੀ ਸਪੋਰਟ ਰਹੀ ਹੈ ਜੀ? ਬਹੁਤ ਜ਼ਿਆਦਾ ਸਪੋਰਟ ਰਹੀ ਹੈ ਜੀ, ਵੈਸੇ ਤਾਂ ਸਟਾਰਟਿੰਗ 'ਚ ਕੋਈ ਸਪੋਰਟ ਨਹੀਂ ਕਰਦਾ ਜੀ, ਪਰ ਫਿਰ ਵੀ ਬਹੁਤ ਜ਼ਿਆਦਾ ਮੈਂ ਕਹਾਂਗੀ ਕਿ ਸਪੋਰਟ ਰਹੀ ਹੈ, ਉਹਨਾਂ ਦੀ ਸਪੋਰਟ ਹੈਗੀ ਸੀ ਤਾਂ ਹੀ ਇੱਥੇ ਤੱਕ ਪਹੁੰਚੇ ਹਾਂ ਜੀ। ਕਦੋਂ ਕਿ ਲੱਗਿਆ ਕਿ ਬਈ ਹੁਣ ਉਹ ਸਪੋਰਟ ਕਰਨਾ ਸ਼ੁਰੂ ਕਰ ਦਿੱਤਾ ਉਹਨਾਂ ਨੇ?
ਉਹਨਾਂ ਨੇ ਬਸ ਜਿਪਸੀ ਥੋੜਾ ਜਦੋਂ ਮਿਲੀਅਨ ਮਿਲੀਅਨ 10 ਮਿਲੀਅਨ 100 ਮਿਲੀਅਨ 200 ਜਿਵੇਂ ਹੁੰਦਾ ਰਿਹਾ, ਉਹਨਾਂ ਨੂੰ ਲੱਗੇ ਵੀ ਹਾਂ ਸਾਡੀ ਗੁੜੀਆ ਹੁਣ ਠੀਕ ਗਾ ਰਹੀ ਹੈ, ਅੱਛੇ ਲਿਰਿਕਸ ਗਾ ਰਹੀ ਆ, ਅੱਛਾ ਕੰਮ ਕਰ ਰਹੀ ਹੈ, ਤੇ ਸਾਨੂੰ ਰੋਕਣਾ ਨਹੀਂ ਚਾਹੀਦਾ, ਕੰਮ ਅੱਗੇ ਹੋਰ ਇਹਨਾਂ ਨੂੰ ਮਤਲਬ ਸਪੋਰਟ ਕਰਨੀ ਚਾਹੀਦੀ ਹੈ, ਉਹ ਮਿਲੀ ਆ ਤੇ ਬਸ ਐਵੇਂ ਪਿਆਰ ਬਣਿਆ ਰਹੇ ਉਹਨਾਂ ਦਾ। ਕੀ ਬਾਤ ਹੈ। ਅੱਛਾ ਇਹ ਥਾਟ ਉਹਨਾਂ ਨੂੰ ਆਪਣੇ ਆਪ ਹੀ ਆਇਆ ਘਰਦਿਆਂ ਨੂੰ ਜਾਂ ਫਿਰ ਗਲੀ ਮਹੱਲੇ ਵਾਲਿਆਂ ਨੇ ਉਹਨਾਂ ਨੂੰ ਕਿਹਾ ਕਿ ਨਹੀਂ ਹੋਇਆ ਦੇਖੋ ਤੇ ਕੁੜੀ ਦਾ ਗਾਣਾ ਇੰਨਾ ਜ਼ਿਆਦਾ ਹਿੱਟ ਹੋ ਗਿਆ? ਹਾਂਜੀ ਦੇਖੋ ਉਹਨਾਂ ਨੇ ਫਿਰ ਬਾਅਦ ਚ ਪਛਾਣਿਆ ਨਾ ਵੀ ਸਾਡੀ ਗਲੀ ਮਹੱਲੇ ਦੀ ਕੁੜੀ ਆ ਹਨਾ, ਤੇ ਅਸੀਂ ਇਹਨਾਂ ਨੂੰ ਸਪੋਰਟ ਕਰੀਏ, ਬਹੁਤ ਵਧੀਆ ਲਿਰਿਕਸ ਤੇ ਬਹੁਤ ਵਧੀਆ ਡਿਫਰੈਂਟ ਗਾਤਾ ਤੇ ਮਿਊਜ਼ਿਕ ਬਣਾਤਾ ਤੇ ਸਾਰਿਆਂ ਦੀ ਸਪੋਰਟ ਨਾਲ ਏਡਾ ਵੱਡਾ ਗਾਣਾ ਖੜਾ ਹੋ ਗਿਆ ਨਾ ਜੀ, ਕਿ ਬਹੁਤ ਜ਼ਿਆਦਾ ਅੱਛਾ ਲੱਗਾ ਉਹਨਾਂ ਨੂੰ। ਬਿਲਕੁਲ ਅੱਛੀ ਚੀਜ਼ ਆਈ ਹੈ, ਕੁਛ ਯੂਨੀਕ ਜੀ। ਜਿਪਸੀ ਜਿਪਸੀ ਹੋਈ ਪਈ ਹੈ ਜੀ, ਫਿਰ ਹਨਾ ਫਿਰ ਦੋ ਕੁ ਲਾਈਨਾਂ ਤੇ ਫਿਰ ਜ਼ਰੂਰ ਬਣਦੀਆਂ, ਐਦਾਂ ਤਾਂ ਨਹੀਂ ਜਾਣ ਦੇਵਾਂਗੇ ਆਪਾਂ ਹਨਾ ਜੀ। ਜੀ ਸਾਰਾ ਕਰੇ ਸੇ ਸਲਿਊਟ ਮੰਨੇਗਾ ਮਿਊਸਿਕਾ, ਮੰਨੇ ਚੌਧਰੀ ਸਾਹਿਬ ਧਰਿਆ ਨਾਮ ਮਿਊਸਿਕਾ, ਸਾਰਾ ਕਰੇ ਸੇ ਸਲਿਊਟ ਮੰਨੇਗਾ ਮਿਊਸਿਕਾ, ਮੰਨੇ ਚੌਧਰੀ ਸਾਹਿਬ ਧਰਿਆ ਨਾਮ ਮਿਊਸਿਕਾ, ਹੋਸੇ ਜੋ ਬਿਸਰੇ ਕਰੇ ਉਕਾ ਕਾਮ ਰਿਸਕੀ, ਹੋ ਮੇਰੋ ਬਾਲਮ ਥਾਣੇਦਾਰ ਚਲਾਵੇ ਜਿਪਸੀ, ਹਾਏ ਮੇਰੋ ਬਾਲਮ ਥਾਣੇਦਾਰ ਚਲਾਵੇ ਜਿਪਸੀ। ਕਿਆ ਬਾਤ ਹੈ ਜੀ, ਸੱਚੀ ਦੇ ਵਿੱਚ ਇਹ ਵੈਲ ਡਿਜ਼ਰਵਿੰਗ ਅਵਾਰਡ ਸੀਗਾ ਜੀ ਤੁਹਾਡੇ ਲਈ। ਮੈਨੂੰ ਹੁਣ ਉਹ ਯਾਦ ਆ ਗਿਆ ਕਿ ਜਦੋਂ ਅਸੀਂ ਇੰਸਟਾਗ੍ਰਾਮ ਚਲਾਉਂਦੇ ਸੀ ਤੇ ਆਹ ਵਾਲੀ ਰੀਲ ਵੀ ਇਸ ਗਾਣੇ ਦੀ ਹੈ, ਅਗਲੀ ਰੀਲ ਵੀ ਇਸ ਗਾਣੇ ਦੀ ਹੈ, ਇਸ ਤੋਂ ਅਗਲੀ ਰੀਲ ਵੀ ਇਸੇ ਗਾਣੇ ਦੀ ਹੈ। ਕਿਆ ਬਾਤ ਹੈ ਜੀ ਸੱਚੀ। ਇਹ ਕਈ ਵਾਰੀ ਇਹ ਕੁਦਰਤ ਦਾ ਕੀ ਕਹਿੰਦੇ ਕ੍ਰਿਸ਼ਮਾ ਹੀ ਹੁੰਦਾ ਕਿ ਤੁਹਾਡੀ ਝੋਲੀ ਦੇ ਵਿੱਚ ਗਾਣੇ ਪੈਂਦੇ ਨੇ ਹਨਾ ਜੀ। ਬਸ ਏਦਾਂ ਹੀ ਵਧੀਆ ਵਧੀਆ ਲਿਆਈਏ ਸੀ ਗਾਣੇ ਜੀ, ਤੇ ਵਧੀਆ ਵਧੀਆ ਆਡੀਅੰਸ ਨੂੰ ਸੁਣਾਈਏ, ਉਹ ਵੀ ਆਪਣੀ ਆਡੀਅੰਸ ਵੀ, ਬਸ ਜੇ ਉਹ ਆਪਾਂ ਨੂੰ ਪਿਆਰ ਕਰਦੀ ਹੈ ਤੇ ਆਪਾਂ ਵੀ ਕਰਦੇ ਹਾਂ ਜੀ ਸਾਰਿਆਂ ਨੂੰ। ਇਹ ਤਾਂ ਹੈ। ਤੇ ਜੀ ਫਿਰ ਅਗਲੇ ਗਾਣੇ ਦੇ ਲਈ ਕਿੰਨੀ ਐਕਸਾਈਟਮੈਂਟ ਹੁੰਦੀ ਹੈ, ਕਿੰਨਾ ਡਰ ਹੁੰਦਾ ਆ, ਕਿਵੇਂ ਕਿਵੇਂ ਕੀ ਥੋਟ ਚੱਲਦੇ ਹੁੰਦੇ ਨੇ ਜੀ ਮਾਇੰਡ ਦੇ ਵਿੱਚ? ਭਾਜੀ ਡਰ ਤਾਂ ਇਹੀ ਹੈ ਕਿ ਮਿਹਨਤ ਕਰੀਏ ਅਸੀਂ ਤੇ ਬਹੁਤ ਸਾਰੀਆਂ ਰਿਸਪੋਂਸਿਬਿਲਿਟੀਆਂ ਹੁੰਦੀਆਂ ਨੇ ਜਿਹੜੀ ਸਾਂਭਣੀਆਂ ਪੈਂਦੀਆਂ ਨੇ ਜੀ, ਤੇ ਅਗਲੇ ਗਾਣੇ ਵਾਸਤੇ ਵੀ ਇਹੀ ਹੈ ਕਿ ਬਹੁਤ ਜ਼ਿਆਦਾ ਅਸੀਂ ਮਿਹਨਤ ਕਰੀਏ ਤੇ ਕੀਤੀ ਵੀ ਹੈ ਮਿਹਨਤ ਦੂਜੇ ਗਾਣੇ ਲਈ ਤੇ ਉਹ ਗਾਣਾ ਆ ਵੀ ਗਿਆ ਤੇ ਅੱਛਾ ਚੱਲ ਵੀ ਰਿਹਾ ਤੇ ਬਸ ਉਹਦੀਆਂ ਫਿਰ ਦੋ ਲਾਈਨਾਂ ਸੁਣਾ ਦਿਓ ਜੀ ਜ਼ਰੂਰ। ਮੇਰਾ ਸਈਆਂ ਲੈ ਗਿਆ ਗੈਲਵਾ ਤਾਲੀ ਹਿੱਲੇ ਕੇ, ਹੋ ਮੇਰਾ ਸਈਆਂ ਲੈ ਗਿਆ ਗੈਲਵਾ ਤਾਲੀ ਹਿੱਲੇ ਕੇ, ਹੋ ਸੋਨੀ ਪਤ ਡਟ ਕਹਿ ਜਾਈਏ ਰੇਲ ਬਰੇਲੇ ਕੇ, ਹੋ ਸੋਨੀ ਪਤ ਡਟ ਕਹਿ ਜਾਈਏ ਰੇਲ ਬਰੇਲੇ ਕੇ। ਕਿਆ ਬਾਤ ਹੈ ਜੀ, ਸਾਡੀਆਂ ਬਹੁਤ ਜ਼ਿਆਦਾ ਵਿਸ਼ਿਜ਼ ਨੇ ਜੀ ਤੁਹਾਡੇ ਨਾਲ, ਇਹ ਵੀ ਗਾਣਾ ਚਾਰਟਬਸਟਰ ਹੋਵੇ ਜੀ ਅੱਗੇ ਤੋਂ ਅੱਗੇ, ਇਹਨੂੰ ਵੀ ਅਵਾਰਡ ਮਿਲਣ। ਅੱਛਾ ਜਦੋਂ ਕੀ ਕਹਿੰਦੇ ਬੰਦੇ ਕੋਲ ਨਾ ਫੇਮ ਆ ਜਾਂਦਾ ਉਹਦੇ ਆਲੇ ਦੁਆਲੇ ਨਾ ਚੀਜ਼ਾਂ ਚੇਂਜ ਹੋ ਜਾਂਦੀਆਂ, ਕਦੀ ਤੁਹਾਡੇ ਨਾਲ ਇਸ ਤਰ੍ਹਾਂ ਹੋਇਆ ਕਿ ਤੁਹਾਨੂੰ ਟੋਲ ਟੈਕਸ ਪਲਾਜ਼ਾ ਦੇ ਉੱਤੇ ਕਹਿਤਾ ਮੈਡਮ ਤੁਸੀਂ ਤਾਂ ਉਹ ਹੈਗੇ ਹੋ, ਕੋਈ ਗੱਲ ਨਹੀਂ ਤੁਸੀਂ ਲੰਘੋ? ਹਾਂ ਵੈਸੇ ਬੰਦੇ ਨਾ ਫਾਇਦਾ ਵੀ ਚੱਕਦਾ ਫੇਮ ਦਾ। ਵੈਸੇ ਸਾਡੇ ਨਾਲ ਹੋਇਆ ਸੀ, ਅਸੀਂ ਇੰਟਰਵਿਊ ਵਾਸਤੇ ਗਏ ਸੀ ਜੀ ਤੇ ਗੁੜਗਾਓਂ, ਤੇ ਉਹਨਾਂ ਉੱਥੇ ਮਿਲ ਗਏ, ਕਹਿੰਦੇ ਚਲਾਨ ਕੱਟਣਾ। ਅੱਛਾ ਕਹਿੰਦੇ ਅੱਛਾ ਜੀ ਹੁਣ ਬਾਲਮ ਥਾਣੇਦਾਰ ਦਾ ਵੀ ਚਲਾਨ ਕੱਟੋਗੇ? ਉਹਨਾਂ ਨੇ ਕਿਹਾ ਜੀ ਬਾਲਮ ਸਮਝੇ ਨੀ, ਉਹ ਸਾਡੇ ਸਰ ਸੀ, ਕਹਿੰਦੇ ਜੀ ਬਾਲਮ ਥਾਣੇਦਾਰ ਸੁਣਿਆ ਤੁਸੀਂ ਗਾਣਾ? ਕਹਿੰਦੇ ਹਾਂਜੀ। ਕਹਿੰਦੇ ਇਹਨਾਂ ਨੇ ਗਾਇਆ ਹੈ? ਕਹਿੰਦੇ ਇੱਕ ਵਾਰ ਮੈਨੂੰ ਵੀਡੀਓ ਵੇਖਣ ਦਿਓ। ਉਹ ਵੀਡੀਓ ਜਦੋਂ ਵੇਖੀ ਨਾ ਉਹਨਾਂ ਨੇ, ਕਹਿੰਦੇ ਜੀ ਹੁਣ ਅਸੀਂ ਨੀ ਚਲਾਨ ਕੱਟਦੇ, ਸਾਡਾ ਕੱਟ ਦਿਓ ਚਲਾਨ। ਮੈਂ ਕਿਹਾ ਜੀ ਬਹੁਤ ਬਹੁਤ ਤੁਹਾਡਾ ਬਹੁਤ ਧੰਨਵਾਦ ਜੀ। ਉਹਨਾਂ ਨੇ ਫਿਰ ਫੋਟੋਆਂ ਵਗੈਰਾ ਲਿੱਤੀਆਂ, ਬਸ ਚਲੋ ਆਲ ਦਾ ਵੈਰੀ ਬੈਸਟ, ਥੈਂਕ ਯੂ ਸੋ ਮਚ ਜੀ।